ਦੁਰਾਹਾ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ 50 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ 3 ਬੱਚਿਆਂ ਦਾ ਪਿਤਾ ਸੀ ਅਤੇ ਮਜ਼ਦੂਰੀ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਉੱਥੇ ਹੀ ਨਗਰ ਕੌਂਸਲ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਟੱਬਰ ਤਾਂ ਇੱਧਰ ਪੈ ਗਿਆ, ਇੱਧਰ ਪੈਂਦਾ ਸੀ, ਫਿਰ ਚਾਹੇ ਉੱਧਰ ਪੈ ਗਏ। ਇਹ ਕਹਿੰਦਾ ਮੇਰੀ ਬਾਂਹ ਦੁਖਦੀ ਹੈ, ਵੀ ਮੈਂ ਤਾਂ ਤੁਸੀਂ ਪੱਖਾ ਲਾਉਣਾ, ਮੈਂ ਪੱਖਾ ਨਹੀਂ ਲਾਉਣਾ ਹੈਗਾ, ਵੀ ਮੈਨੂੰ ਤਾਂ ਤੁਸੀਂ ਇੱਧਰ ਪੈ ਜਾਣਾ। ਉਹ ਇੱਧਰ ਪੈ ਗਿਆ, ਰਾਤ ਦੇ 10:30 ਵਜੇ ਸੀਗੇ ਜਦ ਦੜੂਕਾ ਪੈ ਗਿਆ। ਅੱਛਾ ਕੀ ਗਿਰਿਆ, ਕੀ ਚਵਾਰਾ ਕੀ? ਪਹਿਲਾਂ ਉੱਤੋਂ ਚਵਾਰਾ ਗਿਰਿਆ, ਚਵਾਰਾ ਗਿਰ ਕੇ ਉਹ ਸਤਰੀਆਂ, ਉਹ ਛੱਤ ਸੀਗੀ ਸਤੀਰੀਆਂ ਵਾਲੀ, ਹੇਠਾਂ ਗਾਡਰ ਸੀਗਾ, ਫਿਰ ਉਹ ਉੱਤੇ ਗਿਰ ਕੇ ਉਹ ਗਾਡਰ ਵੀ ਨਾਲ ਗਿਰ ਗਿਆ। ਉਹ ਜਮਾਂ ਹੀ ਥੱਲੇ ਆ ਗਿਆ। ਮੈਨੂੰ ਮੈਂ ਵੀ ਜਿੰਨੀ ਆ ਮਿੱਟੀ ਪਈ ਹੈ ਟੋਇਆ ਇੱਥੋਂ ਆਇਆ ਕੱਢ ਕੇ, ਮੁੰਡਿਆਂ ਨੇ ਜਾਣੀ ਰਾਤੋਂ ਰਾਤ ਫਟਾਫਟ ਡੰਡ ਪੈ ਗਈ, ਆ ਗਏ ਫਟਾਫਟ ਕੱਢ ਲਿਆ। ਕਿੰਨੀ ਉਮਰ ਸੀ, ਕੀ ਨਾਮ ਸੀ? 50 ਕੁ ਸਾਲ ਦਾ ਤਾਂ ਹੈਗਾ, 50 ਪਜਵਿੰਦਾ ਤਾਂ ਹੈਗਾ। ਨਾਮ ਸਿੱਧਾ ਨਾਮ ਕੀ ਇਹਦਾ? ਹਜੂਰ ਸਰਨ। ਅੱਛਾ ਜੀ, ਕੀ ਕੰਮ ਕਰਦੇ ਸੀਗੇ ਜੀ? ਇਹ ਫੈਕਟਰੀ 'ਚ ਲੱਗੇ ਹੋਏ ਨੇ, ਫੈਕਟਰੀ 'ਚ ਲੱਗੇ ਹੋਏ ਨੇ। ਮੇਰਾ ਨਾਮ ਰਮਨਦੀਪ ਆ। ਅੱਛਾ ਜੀ, ਨਾ ਹੀ ਡੈਥ ਹੋਈ, ਉਹ ਕੀ ਲੱਗਦੀ ਤੁਹਾਡੇ? ਮੇਰੇ ਪਾਪਾ ਹਜੂਰ ਸਰਨ, ਉਹਨਾਂ ਦਾ ਨਾਮ। ਅੱਛਾ ਕੀ ਹੋਇਆ ਜੀ? ਉਹਨਾਂ ਦੇ ਉੱਪਰ ਛੱਤ ਗਿਰ ਗਈ, ਛੱਤ ਨੀਚੇ ਆ ਗਈ। ਕਿੰਨੇ ਬੱਚੇ ਹੋ ਤੁਸੀਂ ਉਹਨਾਂ ਦੇ? ਕਿੰਨੇ ਭੈਣ ਭਾਈ? ਦੋ ਭੈਣਾਂ ਇੱਕ ਭਾਈ। ਅੱਛਾ, ਕੀ ਕੋਈ ਇਨਕਮ ਦਾ ਸਾਧਨ ਹੈਗਾ ਕੋਈ ਜਿਹੜਾ ਬਣਾਉਣ ਲਈ ਜਾਂ ਹੋਰ ਕੋਈ? ਗਵਰਨਮੈਂਟ ਦਾ ਤੁਹਾਨੂੰ ਕੋਈ ਸਹਾਇਤਾ? ਨਾ ਜੀ, ਕੋਈ ਨਹੀਂ ਹੈ ਜੀ। ਅਤੇ ਦੁਰਘਟਨਾ ਘਟਨਾ ਵਾਪਰੀ ਆ ਸਾਡੇ ਵਾਰਡ ਨੰਬਰ 11 ਦੇ ਵਿੱਚ, ਜੋ ਕਿ ਰਾਤ ਆਪਣਾ ਖਾਣਾ ਖਾ ਕੇ ਸੁੱਤੇ ਪਏ ਸੀ, ਜੋ ਅਚਾਨਕ ਉਹਨਾਂ ਦੇ ਜਿਹੜੀ ਮਕਾਨ ਦੀ ਛੱਤ ਆ ਉਹ ਉੱਪਰ ਗਿਰਨ ਸਾਰ ਇਹਨਾਂ ਦੇ ਸਾਰਾ ਮਲਬਾ ਉੱਪਰ ਆ ਗਿਰਿਆ, ਇਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਅਤੇ ਮੈਂ ਸਰਕਾਰ ਅੱਗੇ ਅਪੀਲ ਕਰਦਾ ਔਰ ਪ੍ਰਸ਼ਾਸਨ ਅੱਗੇ ਕਿ ਜੋ ਸਰਕਾਰਾਂ ਇਹਨਾਂ ਨੂੰ ਸਹੂਲਤਾਂ ਦਿੰਦੀਆਂ ਨੇ, ਆਮ ਜੋ ਆਫਤਾਂ ਆਉਂਦੀਆਂ ਨੇ ਇਹਨਾਂ 'ਤੇ ਬਹੁਤ ਵੱਡੀ ਆਫਤ ਆਈ ਆ। ਮੈਂ ਅਪੀਲ ਕਰਦਾ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਜੋ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ, ਕਿਉਂ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ, ਜੋ ਇਹਨਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਹੋ ਸਕੇ। ਅੱਛਾ, ਕੀ ਕਾਰਨ ਹੋਇਆ ਜੀ ਜਿਹੜਾ ਗਿਰਨ ਦਾ ਛੱਤ, ਕੀ ਪ੍ਰੋਬਲਮ ਸੀ? ਕਾਰਨ ਤਾਂ ਜੀ ਕੋਈ ਨਹੀਂ ਹੋਇਆ, ਸੁੱਤੇ ਪਏ ਸੀਗੇ, ਰੋਟੀ ਪਾਣੀ ਖਾ ਕੇ, ਅਤੇ ਰੱਬ ਦਾ ਪਾਣਾ ਹੀ ਹੈ। ਉੱਪਰੋਂ ਜੋ ਚਵਾਰਾ ਸੀਗਾ ਉਹਨਾਂ ਦੀ ਛੱਤ ਗਿਰੀ ਅਤੇ ਥੱਲੇ ਦੂਸਰੀ ਮੰਜ਼ਿਲ 'ਤੇ ਪਏ ਸੀ, ਉੱਪਰੋਂ ਗਿਰਨ ਕਰਕੇ ਇਹਨਾਂ ਦੀ ਮੌਤ ਹੋਈ ਹੈ। ਇਸ ਕਾਰਨ ਜੋ ਮੀਂਹ ਦੇ ਪਹਿਲਾਂ ਮੀਂਹ ਆਏ ਨੇ, ਉਸ ਕਾਰਨ ਇਹਨਾਂ ਦੇ ਜਿਹੜਾ ਹਾਦਸਾ ਹੈ ਵਾਪਰਿਆ। ਕੀ ਗੌਰਮੈਂਟ ਨੇ ਕੋਈ ਸਹਾਇਤਾ ਜਾਂ ਅੱਜ ਕੱਲ੍ਹ ਮਕਾਨ ਬਣਾ ਕੇ ਦੇ ਰਹੇ ਹੋਈ? ਨਹੀਂ, ਕੋਈ ਸਹਾਇਤਾ ਕੋਈ ਗੌਰਮੈਂਟ ਕਨੀ ਕੋਈ ਸਹੂਲਤ ਨਹੀਂ, ਕੋਈ ਪ੍ਰਸ਼ਾਸਨ ਕਨੀ ਕੋਈ ਸਹੂਲਤ ਨਹੀਂ। ਮੈਂ ਇਹੀ ਅਦਾਲਤ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ, ਸਰਕਾਰ ਅੱਗੇ, ਕਿ ਇਹਨਾਂ ਨੂੰ ਜਿਹੜੀ ਮਾਲੀ ਮਦਦ ਉਹ ਦਿੱਤੀ ਜਾਵੇ, ਜੋ ਕਿ ਪਰਿਵਾਰ ਦਾ ਅੱਗੇ ਪਾਲਣ ਪੋਸ਼ਣ ਵਧੀਆ ਢੰਗ ਨਾਲ ਹੋ ਸਕੇ।